ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਚਾਰੇ ਬਾਰੇ ਹਰੇ ਚਾਰੇ ਬਾਰੇ ਹਾੜੀ ਰੋਤ ਦਾ ਜਿਹੜਾ ਸਭ ਤੋਂ ਵਧੀਆ ਤੇ ਜ਼ਿਆਦਾਤਰ ਕਿਸਾਨ ਵੀਰਾਂ ਵੱਲੋਂ ਲਾਇਆ ਜਾਂਦਾ ਚਾਰਾ ਬਰਸੀਮ ਤੇ ਇਹਦੇ ਵਿੱਚ ਤੁਹਾਨੂੰ ਖਾਦ ਦੱਸਣੀ ਹੈ ਇਹਦੇ ਵਿੱਚ ਜਿਹਦੇ ਨਾਲ ਤੁਹਾਡੀ ਫਸਲ ਦੀ ਗ੍ਰੋਥ ਸ਼ੁਰੂਆਤੀ ਗ੍ਰੋਥ ਉਹਦੇ ਵਿੱਚ ਮਗਰੋਂ ਆ ਕੇ ਗਾਲਾ ਰੋਗ ਪੈਣਾ ਉਹ ਤੋਂ ਵੀ ਕਾਫੀ ਹੱਦ ਤੱਕ ਰੋਕਥਾਮ ਮਿਲਦੀ ਆ ਤਤਾਂ ਦੀ ਜ਼ਿਆਦਾ ਘਾਟ ਨਹੀਂ ਆਉਂਦੀ ਜਦੋਂ ਜਿਹੜਾ ਹੈਗਾ ਟੈਂਪਰੇਚਰ ਕਾਫੀ ਜ਼ਿਆਦਾ ਲੋ ਹੋ ਜਾਂਦਾ ਕੋਰਾ ਪੈ ਜਾਂਦਾ ਤਾਂ ਉਦੋਂ ਵੀ ਫਸਲ ਹੈ ਜਿਹੜੀ ਉਹਨੂੰ ਸਹਾਰਨ ਦੇ ਯੋਗ ਬਣ ਜਾਂਦੀ ਹੈ ਜੇ ਆਪਾਂ ਇਹ ਖਾਦ ਪਾਈਏ ਤੇ ਉਸ ਤੋਂ ਬਾਅਦ ਇੱਕ ਸਪਰੇਅ ਕਰੀਏ ਉਹਦੇ ਬਾਰੇ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਵੀਡੀਓ ਜ਼ਰੂਰ ਸ਼ੇਅਰ ਕਰ ਦੇਜੋ ਤਾਂ ਕਿ ਉਹਨਾਂ ਨੂੰ ਜਾਣਕਾਰੀ ਮਿਲ ਸਕੇ ਜਿਹੜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਰ ਬਟਨ ਦਬਾਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਉਹਨਾਂ ਨੂੰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਬਰਸੀਮ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂ ਜਦੋਂ ਅਕਲੀਆਂ ਇਹ ਸਬਜ਼ੀਆਂ ਦੇ ਵਿੱਚ ਜਿਹੜੀ ਰੂੜੀ ਦੀ ਖਾਦ ਆਪਾਂ ਪਾਉਣੀ ਹੁੰਦੀ ਆ 6 ਟਨ ਬਰਸੀਮ ਦੇ ਵਿੱਚ ਜ਼ਰੂਰ ਤਾਂ ਪ੍ਰਤੀ ਏਕੜ ਮੰਨ ਲਓ ਵੀ 3 ਟਰਾਲੀਆਂ ਚੰਗੀ ਸੁੱਕੀ 2 ਟਰਾਲੀਆਂ ਵਧੀਆ ਕਿਉਂਕਿ ਇੱਕ ਟਰਾਲੀ ਜੀ ਤਕਰੀਬਨ ਨਾਰਮਲ ਟਰਾਲੀ 'ਚ 3 ਕਟਾਨ ਜਿਹੜੀ 2.5 ਤੋਂ 3 ਟਨ ਸੁੱਕੀ ਰੂੜੀ ਪੈ ਜਾਂਦੀ ਆ ਤੇ 2 ਟਰਾਲੀਆਂ ਰੂੜੀ ਖਾਦ ਚਾਹੀਦੀ ਆ ਤੇ ਉਹਦੇ ਨਾਲ ਫਿਰ ਆਪਾਂ ਪਾਉਣੀ ਆ 20 ਕਿਲੋ ਫਾਸਫੋਰਸ ਤੱਤ ਦੇਣਾ ਜੇ ਆਪਾਂ ਰੂੜੀ ਨਾਲ ਪਾਈ ਆ ਤਾਂ ਤੇ 20 ਕਿਲੋ ਫਾਸਫੋਰਸ ਤੱਤ ਨੂੰ ਦੇਣਾ ਕਿੱਥੋਂ ਕਿਉਂਕਿ ਜ਼ਿਆਦਾਤਰ ਕਿਸਾਨ ਵੀਰਾਂ ਦੀ ਤਰਜੀਹ ਹੁੰਦੀ ਹੈ ਡਾਇਆ ਪਾਉਣ ਦੀ ਡੀਏਪੀ ਪਾਉਣ ਦੀ ਡੀਏਪੀ ਬਿਲਕੁਲ ਨਹੀਂ ਪਾਉਣੀ ਜੇ ਡੀਏਪੀ ਪਾਵਾਂਗੇ ਤਾਂ ਆਪਾਂ ਨੂੰ ਓਨਾ ਫਾਇਦਾ ਨਹੀਂ ਮਿਲਣਾ ਜਿਵੇਂ ਕਿ ਆਪਾਂ ਨੂੰ ਸਿੰਗਲ ਸੁਪਰ ਫਾਸਫੇਟ ਪਾਉਣ ਦਾ ਮਿਲਣਾ ਜੇ ਤੁਸੀਂ ਰੂੜੀ ਪਾਈ ਹੈ ਨਾਲ ਤਾਂ ਫਿਰ ਤੁਸੀਂ 2.5 ਗੱਟੇ ਸਿੰਗਲ ਸੁਪਰ ਫਾਸਫੇਟ ਦੇ ਪਾਉਣੇ ਆ ਬਜਾਈ ਸਮੇਂ ਥੱਲੇ ਖੇਤ ਤਿਆਰ ਕਰਨ ਸਮੇਂ ਥੱਲੇ ਸੋਪਰ ਤੁਸੀਂ ਪਾ ਦੇਣੀ ਆ ਤੇ ਜੇ ਤੁਸੀਂ ਦੇਸੀ ਰੂੜੀ ਦੀ ਵਰਤੋਂ ਨਹੀਂ ਕੀਤੀ ਫੇਰ ਆਪਾਂ ਜਿਹੜੀ ਹੈਗੀ ਐ ਸਾਢੇ 3 ਗੱਟੇ ਜਿਹੜੇ ਹੈਗੇ ਆ ਸੁਪਰ ਦੇ ਬਜਾਈ ਟਾਈਮ ਤੇ 22 ਕਿਲੋ ਯੂਰੀਆ ਵੀ ਪਾਉਣੀ ਆ ਨਾਲ ਜੇ ਆਪਾਂ ਰੂੜੀ ਦੀ ਵਾਰ ਤੋਂ ਨਹੀਂ ਕੀਤੀ ਤਾਂ 22 ਕਿਲੋ ਯੂਰੀਆ ਤੇ ਸਾਢੇ 3 ਗੱਟਿਆਂ ਤੋਂ ਵੀ 5-10 ਕਿਲੋ ਤੁਸੀਂ ਵੱਧ ਪਾ ਸਕਦੇ ਆ 100 ਤੇ 85 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਆਪਾਂ ਨੂੰ ਜ਼ਰੂਰਤ ਹੈ 30 ਕਿਲੋ ਫਾਸਫੋਰਸ ਤੱਤ ਦੇਣਾ ਆਪਾਂ ਜੇ ਤੁਸੀਂ ਇਹ ਖਾਦ ਪਾਉਂਗੇ ਤਾਂ ਨਾਲ ਕੈਲਸ਼ੀਅਮ ਤੇ ਸਲਫਰ ਮਿਲੂ ਕਿਸਾਨ ਵੀਰੋ ਜ਼ਮੀਨ ਨੂੰ ਜਿਹੜਾ ਕਿ ਸਲਫਰ ਤੱਤ ਹੈ ਜਿਹੜਾ ਕਿ ਜ਼ਮੀਨ ਨੂੰ ਵਧੀਆ ਐਗਰੀਗੇਟਸ ਵਧੀਆ ਬਣਾਉਂਦਾ ਹੈ ਹਵਾਦਾਰ ਬਣਾਉਂਦਾ ਹੈ ਜਿਹੜੀ ਹਾਈ ਲੋ ਟੈਂਪਰੇਚਰ ਨੂੰ ਚੱਲਣ ਦੇ ਯੋਗ ਫਸਲ ਨੂੰ ਬਣਾਉਂਦਾ ਹੈ ਤੇ ਉੱਲੀ ਰੋਗਾਂ ਤੋਂ ਵੀ ਜਿਹੜਾ ਸਲਫਰ ਆ ਕਾਫੀ ਹੱਦ ਤੱਕ ਫਸਲ ਦੀ ਬਚਤ ਕਰਦਾ ਸੋ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਰੋ ਜਿੱਥੇ ਤੁਸੀਂ ਬਰਸੀਨ ਚਰਾਈ ਕਲਾ ਮਿਲਾ ਕੇ ਜਿਹੜਾ ਬੀਜਿਆ ਦਾ ਉੱਥੇ ਤੁਸੀਂ ਜਿਹੜੀ ਹੈਗੀ ਆ 22 ਕਿਲੋ ਯੂਰੀਆ ਹਰ ਕਟਾਈ ਤੋਂ ਮਗਰੋਂ ਫੇਰ ਜਿਹੜੀ ਹੈਗੀ ਇਹ ਪਾਉਂਦੇ ਰਹਿਣਾ ਫੇਰ ਆ ਜਾਂਦੀ ਹੈ ਕਿ ਜਦੋਂ ਫਸਲ ਜਿਹੜੀ ਉਗਦੀ ਆਮ ਤੌਰ ਤੇ ਜਿੱਥੇ ਹਲਕੀ ਜ਼ਮੀਨ ਹੁੰਦੀ ਆ ਜਾਂ ਕਈ ਜਗ੍ਹਾ ਦੇ ਤੇ ਵੈਸੇ ਵੀ ਜਿਹੜੀ ਹੈਗੀ ਸ਼ੁਰੂਆਤੀ ਗਰੋਥ ਨਹੀਂ ਹੁੰਦੀ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਹੌਲੀ ਹੌਲੀ ਫਸਲ ਵੱਧਦੀ ਹੈ ਤੇ ਪੂਰੀ ਗ੍ਰੋਥ ਤੇ ਦੇਖਣ ਨੂੰ ਨਹੀਂ ਮਿਲਦੀ ਤੇ ਉਹਦੇ ਵਿੱਚ ਕੀ ਹੋ ਜਾਂਦਾ ਹੈ ਕਿ ਵਿਚਕਾਰਲੇ ਤਣੇ ਦੇ ਪੱਤੇ ਆ ਜਿਹੜੇ ਵਿਚਕਾਰੋਂ ਸਰੇਟੀ ਤੋਂ ਪੀਲੇ ਰੰਗ ਦੇ ਹੋ ਕੇ ਕਈ ਵਾਰ ਸੁੱਕਣੇ ਲੱਗ ਪੈਂਦੇ ਸੁੱਕਣ ਲੱਗ ਪੈਂਦੇ ਆ ਛਾਣ ਨਿਸ਼ਾਨ ਨਹੀਂ ਇਹ ਹੋਣ ਲੱਗ ਪੈਂਦੇ ਆ ਤੇ ਪੱਤੇ ਦੇ ਆਲੇ-ਦਾਲੇ ਦਾ ਹਿੱਸਾ ਜਿਹੜਾ ਤੇ ਨੋਕ ਹੈ ਤੇ ਜਿਹੜਾ ਤੀਜਾ ਹਿੱਸਾ ਪੱਤਾ ਮੁੱਢੋਂ ਥਲੜੇ ਪਾਸਿਓਂ ਹਰਾ ਰਹਿੰਦਾ ਮੂਹਰੇ ਨੋਕਾਂ ਤੋਂ ਪਹਿਲਾਂ ਸੁੱਕਣਾ ਸ਼ੁਰੂ ਹੁੰਦਾ ਹੈ ਜਾਂ ਛਾਣ ਨਿਸ਼ਾਨੀ ਪੱਤੇ ਜਿਹੜੇ ਹੈਗੇ ਆ ਹੌਲੀ-ਹੌਲੀ ਸੁੱਕ ਜਾਂਦੇ ਆ ਬੂਟੇ ਵੀ ਸੁੱਕ ਜਾਂਦੇ ਕਈ ਵਾਰ ਤੇ ਗੁਲਾਬੀ ਰੰਗ ਪਹਿਲਾਂ ਸ਼ੁਰੂਆਤ ਚ ਹੁੰਦਾ ਫਿਰ ਹੌਲੀ-ਹੌਲੀ ਪੂਰਾ ਹੋ ਜਾਂਦਾ ਵਿੱਚ ਸਲੇਟੀ ਰੰਗ ਦਾ ਵੀ ਹੋ ਸਕਦਾ ਇਹਦੇ ਕਰਕੇ ਜਿਹੜਾ ਹੈਗਾ ਜਦੋਂ ਤੁਹਾਨੂੰ ਇਹ ਲੱਗੇ ਕਿਉਂਕਿ ਆਮ ਤੌਰ ਤੇ ਇਹ ਸਮੱਸਿਆ ਆਉਂਦੀ ਪਹਿਲੀ ਕਟਾਈ ਦੇ ਦੌਰਾਨ ਜਿਹੜੇ ਛਾਣ ਨਿਸ਼ਾਨੀ ਪੱਤੇ ਹੋ ਕੇ ਬੂਟੇ ਵਿੱਚੋਂ ਵਿੱਚੋਂ ਸੁੱਕਣ ਲੱਗ ਪੈਂਦੇ ਇਹ ਘਾਟ ਹੈਗੀ ਮੈਗਨੀਜ਼ ਦੀ ਫਿਰ ਆਪਾਂ 1 ਕਿਲੋ ਮੈਗਨੀਜ਼ ਸਲਫੇਟ ਉਹ 100 150 1 ਲੀਟਰ ਦੇ ਵਿੱਚ ਪਾਣੀ ਦੇ ਵਿੱਚ ਪਾ ਕੇ ਆਪਾਂ ਤਕਰੀਬਨ 1 ਕਿਲੋ ਮੈਗਨੀਸ ਸਲਫੇਟ ਨੂੰ ਪ੍ਰਤੀ ਏਕੜੇ ਦੀ ਸਪਰੇ ਆਪਾਂ ਕਰ ਦੇਣੀ ਆ ਸਪਰੇ ਕਰਨੀ ਆਪਾਂ ਧੁੱਪ ਵਾਲੇ ਦਿਨ ਸਾਫ ਦਿਨ ਹੋਵੇ ਤੇ ਹਫਤੇ ਹਫਤੇ ਦੇ ਫਰਕ ਤੇ ਜਦੋਂ ਤੁਹਾਨੂੰ ਠੀਕ ਲੱਗੇ ਹਫਤੇ ਹਫਤੇ ਤੇ 2 3 ਕਿਉਂਕਿ ਜਦੋਂ ਤੁਹਾਨੂੰ ਫਾਇਦਾ ਲੱਗੂਗਾ ਤੁਸੀਂ ਆਪ ਹੀ ਸਪਰੇ ਕਰਦੇ ਰਹਿਣਾ ਤੇ ਵਾਰ-ਵਾਰ ਇੰਨੀ ਵਧੀਆ ਗਰੋਥ ਹੋਊਗੀ ਇੱਕ ਤਾਂ ਸੁਪਰ ਪਾ ਲੋ ਇੱਕ ਹੀ ਸਪਰੇ 2 3 ਕਰ ਦਿਓ ਜੋ ਤੇ ਤੁਹਾਡੀ ਜਿਹੜੀ ਬਰਸੀਮ ਆ ਉਹ ਜਿਹੜੀਆਂ ਕਿਸਮਾਂ ਨੇ BL10 BL42 BL43 ਤੇ ਇੱਕ BLS44 ਕਿਸਮ ਵੀ ਪੀਆਈ ਲੁਧਿਆਣਾ ਦੇ ਦਿੱਤੀ ਆ ਅੱਧ ਜੂਨ ਤੱਕ ਇਹ ਬੀਜ ਚੱਲਣਗੇ ਸਾਰੇ ਇਹ ਹਾੜੂ ਬੀਜ ਕਹਿੰਦੇ ਜਿਹੜੇ ਹਾੜ ਤੱਕ ਜਾਂਦੇ ਚੜ੍ਹਦੇ ਹਾੜ ਤੱਕ ਇਹ ਜਿਹੜਾ ਤੁਸੀਂ ਤੁਹਾਡੇ ਵਾਸਤੇ ਚਾਰਾ ਅਵੇਲੇਬਲ ਰਹੂਗਾ ਤੇ ਚੰਗਾ ਆਚਾਰਾ ਤੁਸੀਂ ਜਿਹੜਾ ਪਸ਼ੂਆਂ ਨੂੰ ਪਾ ਸਕਦੇ ਆ ਇਹ ਕਿਸਮਾਂ ਸਫਾਰਸ਼ ਕਿਸਮਾਂ ਬੀਜੋ ਬੀ ਐਲ 10 ਬੀ ਐਲ 42 ਬੀ ਐਲ 43 ਤੇ ਬੀ ਐਲ 44 ਲੇਟੈਸਟ ਕਿਸਮ ਪੀਏ ਜੁਲ੍ਹਿਆਂਵਾਲੇ ਰੀਲਿਸ ਕਰ ਦਿੱਤੀ ਗਈ ਆ ਹੋਰ ਕੋਈ ਜਾਣੀ ਜਾਣਕਾਰੀ ਚਾਹੀਦੀ ਹੋਵੇ ਤਾਂ ਕਮੈਂਟ ਚ ਜਰੂਰ ਸਵਾਲ ਕਰਕੇ ਦੱਸਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤੋ